वेलकम बैक टू आवर चैनल बॉडी बिल्डिंग सीधी बात। अच्छा जिवें असीं गल कर रहे सां पोजिंग ते फैट दी। अच्छा हुण बड़ी अच्छा जिहड़ा ना एक दोस्त ने सवाल पुछिया कि यार एक किवें करना चाहिए तुहाडे मन्नण तुहाडे कहिण ते असीं फैट भी लै रहे हां पोजिंग भी कर रहे हां फर्क पै रहा है ते असीं अगर स्टेज ते जाणा ते किवें करिए। इह बड़ा अच्छा क्वेश्चन हैगा। देखो स्टैप बाय स्टैप चलो, एक टारगेट देखो। पाकिस्तान इंडिया ਦੇ ਵਿੱਚ ਇੱਕ ਸੀਜ਼ਨ ਆਉਂਦਾ ਨਾ ਜਿਵੇਂ ਸ਼ਾਦੀਆਂ ਦਾ ਆਉਂਦਾ ਹੈਗਾ ਤੇ ਉਵੇਂ ਮੁਕਾਬਲਿਆਂ ਦਾ ਵੀ ਇੱਕ ਸੀਜ਼ਨ ਆਉਂਦਾ ਹੈਗਾ ਕਿ ਲਾਈਕ ਦਸੰਬਰ ਦੇ ਵਿੱਚ ਸ਼ੁਰੂ ਹੁੰਦੇ ਨੇ, ਦਸੰਬਰ ਤੋਂ ਲੈ ਕੇ ਮਾਰਚ ਤੱਕ ਚੱਲਦੇ ਹੈਗੇ ਨੇ ਤੇ ਤੁਸੀਂ ਪਹਿਲੇ ਹੀ ਆਪਣਾ ਟਾਰਗੇਟ ਬਣਾਓ। ਠੀਕ ਹੈ, ਇੱਕ ਇੱਕ ਮੀਲ ਜਿਹੜਾ ਹੈ ਨਾ ਉਹਨੂੰ ਸਾਫ ਕਰਦੇ ਜਾਓ। ਠੀਕ ਹੈ, ਇੱਕਦਮ ਨਹੀਂ ਡਾਇਟ ਕਰ ਲੈਣੀ ਹੈਗੀ। ਸਟੈਪ ਬਾਏ ਸਟੈਪ, ਸਟੈਪ ਬਾਏ ਸਟੈਪ, ਸਟੈਪ ਬਾਏ ਸਟੈਪ ਇੱਕ ਇੱਕ ਮੀਲ ਜਿਹੜਾ ਨਾ ਆਪਣਾ ਸਾਫ ਕਰਦੇ ਜਾਓ। ਲਾਈਕ ਸਵੇਰ ਅਗਰ ਤੁਸੀਂ ਜੇ ਖਾ ਪੀ ਰਹੇ ਸੀ ਰੈਗੂਲਰ ਖਾਣ ਦਾ ਦੁੱਧ ਲੱਸੀ ਦਹੀਂ ਖਾ ਰਹੇ ਸੀ ਤੇ ਉਹਦੇ ਵਿੱਚ ਆਹਿਸਤਾ ਆਹਿਸਤਾ ਜਿਹੜਾ ਨਾ ਇੱਕ ਇੱਕ ਚੀਜ਼ ਘਟਾਉਂਦੇ ਜਾਓ। ਠੀਕ ਹੈ, 2 ਵੀਕ ਦੇ ਬਾਅਦ, 2 ਵੀਕ ਹੋ ਗਏ ਨੇ, ਤੁਹਾਡਾ ਬ੍ਰੇਕਫਾਸਟ ਕਲੀਨ ਹੋ ਗਿਆ, ਯਾਨੀ ਕਿ ਤੁਸੀਂ ਰੈਗੂਲਰ 3-4 ਅੰਡੇ ਲੈ ਰਹੇ ਸੀ ਨਾਲ ਚੀਜ਼ ਲੈ ਰਹੇ ਸੀ। ਠੀਕ ਹੈ, ਜਾਂ ਦੁੱਧ ਪੀ ਰਹੇ ਸੀ। ਠੀਕ ਹੈ, ਉਹਦੇ ਚ ਆਹਿਸਤਾ ਆਹਿਸਤਾ ਉਹਨੂੰ ਲੋ ਫੈਟ ਤੇ ਜਾਂ ਮੀਡੀਅਮ ਫੈਟ ਤੇ ਆ ਜਾਓ ਤੁਸੀਂ। ਠੀਕ ਹੈ, ਫਰਜ਼ ਕਰੋ ਫੁੱਲ ਫੈਟ ਚੀਜ਼ ਲੈ ਰਹੇ ਸੀ ਤੇ ਮੀਡੀਅਮ ਤੇ ਆਇਓ ਜਾਂ ਲੋ ਫੈਟ ਤੇ ਆਇਓ। ਠੀਕ ਹੈ, ਅਗਰ ਦੁੱਧ ਪੀ ਰਹੇ ਗਏ ਸੀ ਤੇ ਜਿਹੜਾ ਨਾ ਲੋ ਫੈਟ ਵਾਲਾ ਕਰ ਲਓ। ਠੀਕ ਹੈ, ਰੋਟੀ ਅਗਰ ਖਾ ਰਹੇ ਸੀ, ਠੀਕ ਹੈ, ਉਹਦੀ ਜਗ੍ਹਾ ਤੇ ਦਲੀਆ ਲੈ ਆਓ ਇੰਜ ਕਰਕੇ। ਠੀਕ ਹੈ, 3 ਹਫ਼ਤੇ ਨਾ ਜਾਂ, ਠੀਕ ਹੈ, ਉਸ ਤੋਂ ਬਾਅਦ ਆਪਣਾ ਜਿਹੜਾ ਲੰਚ ਉਹਨੂੰ ਕਲੀਨ ਕਰਨਾ ਸ਼ੁਰੂ ਕਰ ਦਿਓ। ਉਹਦੇ ਚ ਆਹਿਸਤਾ ਆਹਿਸਤਾ ਕੀ ਉਹਦੇ ਚ ਕੀ ਜ਼ਿਆਦਾ ਕਲੀਨ ਕਰਨ ਦੀ ਲੋੜ ਹੈ ਕਿ ਬੇਸਿਕਲੀ ਤੁਹਾਡਾ ਸਵੇਰ ਦਾ ਤੇ ਦੁਪਹਿਰ ਦਾ ਜਿਹੜਾ ਮੀਲ ਉਹਨੂੰ ਜ਼ਿਆਦਾ ਵੱਡਾ ਹੋਣਾ ਚਾਹੀਦਾ, ਲਾਈਕ ਅ ਕਿੰਗ ਵੱਡਾ ਮੀਲ ਹੋਣਾ ਚਾਹੀਦਾ, ਉਹਨੂੰ ਆਹਿਸਤਾ 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 ਘਟਾਉਂਦੇ ਜਾਓ। ਅੱਛਾ, ਦੁਪਹਿਰ ਜਿਵੇਂ ਖਾ ਰਹੇ ਹੋ ਸੀ, ਠੀਕ ਹੈ, ਦੁਪਹਿਰ ਜਿਹੜਾ ਸੀ ਉਹਨੂੰ 2 ਮੀਲ ਕਰ ਲਓ, ਜਿੱਥੇ ਦੁਪਹਿਰ ਨੂੰ ਤੁਸੀਂ 2 ਰੋਟੀਆਂ ਜਾਂ 3 ਰੋਟੀਆਂ ਖਾਂਦੇ ਸੀ ਉਹਨੂੰ ਅੱਧੀ ਕਰ ਲਓ, 2 ਜਿਹੜੇ ਬੰਦੇ ਰੋਟੀ ਖਾ ਰਹੇ ਸੀ 1 ਕਰ ਲਓ। ਠੀਕ ਹੈ, ਆਹਿਸਤਾ ਆਹਿਸਤਾ ਉਹਦੇ ਚ ਫੈਟ ਲੈਵਲ ਜਾਂ ਜਿਹੜਾ ਘਿਓ ਘਰਾਂ ਚ ਯੂਜ਼ ਹੁੰਦਾ ਉਹ ਕੱਢਣਾ ਸ਼ੁਰੂ ਕਰ ਦਿਓ। ਠੀਕ ਹੈ, 2 ਰੋਟੀਆਂ ਖਾ ਰਹੇ ਹੋ 1 ਕਰ ਲਓ, 2 ਪਲੇਟ ਚੌਲਾਂ ਦੀ ਖਾਂਦੇ ਹੋ ਤੇ 1 ਕਰ ਲਓ, 1 ਜਿਹੜਾ 1.5 ਘੰਟੇ ਬਾਅਦ ਕਰ ਲਓ। ਠੀਕ ਹੈ, ਉਹ ਆਹਿਸਤਾ ਆਹਿਸਤਾ ਥੱਲੇ ਵੀ ਆਉਂਦਾ ਜਾਏਗਾ, ਤੁਹਾਡੀ ਬਾਡੀ ਆਟੋਮੈਟਿਕਲੀ ਸ਼ੇਪ ਚ ਵੀ ਆਉਂਦੀ ਜਾਏਗੀ ਤੇ ਜਿਹੜੀ ਫੈਟ ਹੈ, ਠੀਕ ਹੈ, ਇਹ ਵੀ ਤੁਸੀਂ ਯੂਜ਼ ਕਰੋਗੇ ਤੇ ਇੱਕ ਟਾਈਮ ਇੱਕ ਦਮ ਡੱਬੇ ਵੀ ਯੂਜ਼ ਨਾ ਕਰਨੇ ਸ਼ੁਰੂ ਕਰੋਗੇ ਜਿਹੜਾ ਤੁਸੀਂ ਸਟੋਰ ਕੀਤਾ ਹੈ ਨਾ 1 ਸਾਲ।